ਦੇ ਥੱਲੇ ਜਿੱਥੇ ਸਪੀਡ ਬ੍ਰੇਕਰ ਜੇ ਆਉਂਦੇ ਏਅਰਲਾਈਨਸ ਪੰਪ ਤੋਂ ਅਗਲੇ ਆਪਣੀ ਗੱਡੀ ਮੱਲੀ ਮੱਲੀ ਸਲੋ ਹੋ ਹੀ ਜਾਂਦੀ ਹੈ ਉਹ ਗੱਡੀ ਸਲੋ ਹੋਈ ਸੀ ਤਾਂ ਇੱਕ ਵਾਰ ਇੱਕੇਦਮ ਬਾਈਕ ਅੱਗੇ ਆਇਆ ਸੀ ਗੱਡੀ ਦੇ ਆ ਕੇ ਅਤੇ ਦੋ ਬੰਦੇ ਸੀਗੇ ਦੋਨਾਂ ਕੋਲ ਰਿਵੋਲਵਰ ਸੀਗੇ ਅਤੇ ਬਸ ਉਹਨਾਂ ਨੇ ਇੱਕ ਨੇ ਫਰੰਟ ਵਾਲੀ ਸਾਈਡ ਤੋਂ ਮਤਲਬ ਤਾਂਤਾ ਅਤੇ ਇੱਕ ਨੇ ਡਰਾਈਵਰ ਵਾਲੀ ਸਾਈਡ ਤੋਂ ਫਿਰ ਉਹ ਮੇਰੇ ਨਾਲ ਮੇਰੀ ਬੇਟੀ ਸੀ ਅਤੇ ਵਾਈਫ ਸੀਗੇ ਛੋਟੇ ਅਤੇ ਫਿਰ ਬਾਹਰ ਤਾਂ ਨਿਕਲਣੇ ਸੀਗੇ ਜੀ ਅਤੇ ਬਸ ਫਿਰ ਉਹ ਗੱਡੀ ਰੋਕੀ ਹੈ ਜੀ ਅਤੇ ਮੈਂ ਤਾਂ ਫਿਰ ਉੱਥੇ ਇੱਕੋ ਹੀ ਗੱਲ ਕਹੀ ਸੀ ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ ਸਾਨੂੰ ਛੱਡ ਦਿਓ ਮੇਰੇ ਨਾਲ ਜਵਾਕ ਛੋਟਾ ਹੈ ਅਤੇ ਤੁਸੀਂ ਗੱਡੀ ਲਈ ਜਾਣੀ ਹੈ ਲੈ ਜਾਓ ਅਤੇ ਜਾਂ ਸਮਾਨ ਲੈ ਕੇ ਜਾਣਾ ਅਤੇ ਉਹਨਾਂ ਨੇ ਫਿਰ ਬਸ ਗੱਡੀ ਖਿੱਚੀ ਉਦੋਂ ਇੱਕ ਮੁੰਡੇ ਨੇ ਜਿਹੜੇ ਤਾਂ ਮੇਰੇ ਇੱਥੇ ਤੰਨੀ ਸੀ ਰਿਵੋਲਵਰ ਉਹ ਬਾਈਕ ਆਪਣੇ ਉਹ ਗੱਡੀ 'ਚ ਬਹਿ ਗਿਆ ਅਤੇ ਇਹਨਾਂ ਨੇ ਸ਼ਹਿਰ ਵੱਲੋਂ ਗੱਡੀ ਖਿੱਚੀ ਸੀ ਮੋਗਾ ਰੋਡ 'ਤੇ ਨੇੜੇ ਨੈਸ਼ਨਲ ਹਾਈਵੇ ਦੋ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ 'ਤੇ ਉਹਦੇ ਕੋਲੋਂ ਉਹਦੀ ਵਰਨਾ ਕਾਰ ਰੰਗ ਚਿੱਟਾ ਜਿਹੜੀ ਸੀ ਉਹ ਖੋਹ ਲਈ ਸੀਗੀ ਹੋ ਕੇ ਸਮੇਤ ਮੋਟਰਸਾਈਕਲ ਮੌਕੇ ਤੋਂ ਭੱਜ ਗਏ ਸੀਗੇ ਗੱਡੀ ਫਿਰ ਉਸ ਤੋਂ ਅਗਲੇ ਦਿਨ ਅਸੀਂ ਬਾਈ ਕੈਮਰੇ ਟੂ ਕੈਮਰਾ ਕੈਮਰਾ ਟੂ ਕੈਮਰਾ ਆਪਣੇ ਸੁਖਵਿੰਦਰ ਜੀ ਮੇਰੇ ਨਾਲ ਸੀਗੇ ਲਵਲੀ ਜੀ ਅਤੇ ਆਪਣੇ ਦੂਜਾ ਆਪਣੇ ਇੱਕ ਹੋਰ ਹੈ ਗੁਰਪ੍ਰੀਤ ਜੀ ਅਤੇ ਬਾਈ ਕੈਮਰੇ ਟੂ ਕੈਮਰਾ ਅਸੀਂ ਮੋਗਾ ਰੋਡ ਤੋਂ ਸਟਾਰਟ ਹੋਏ ਸੀ ਗੱਡੀ ਕਿੱਧਰ ਕਿੱਧਰ ਨੂੰ ਜਾ ਰਹੀ ਹੈ ਅਤੇ ਉਹ ਫਿਰ ਹੌਲੀ ਹੌਲੀ ਪਤਾ ਲੱਗ ਗਿਆ ਇੱਕ ਗਲੀਆਂ ਗੁਲੀਆਂ 'ਚ ਕਾਫੀ ਸੀਗੇ ਤਾਂ ਕਰਕੇ ਥੋੜ੍ਹਾ ਟਾਈਮ ਲੱਗਿਆ ਪਰ ਹਰਸਿਮਰਨਜੀਤ ਸਿੰਘ ਉਰਫ ਹਰਮਨ ਧੁਨਾ ਅਤੇ ਨਵਰਾਜ ਸਿੰਘ ਉਹ ਦੋਨੇ ਨਾਮਜ਼ਦ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਈ ਹੋਈ ਵਰਨਾ ਕਾਰ ਜਿਹਦੀ ਉਹਨਾਂ ਨੇ ਲੁੱਕ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਉਹ ਬਰਾਮਦ ਕਰ ਲਈ ਗਈ ਆ ਮੈਂ ਸਰ 4 ਤਰੀਕ ਨੂੰ ਰਾਤ ਨੂੰ 12 ਵਜੇ 10 ਮਿੰਟ ਦੇ ਕਰੀਬ ਟਾਈਮ ਸੀ ਅਤੇ ਮੈਂ ਮੋਗਾ ਰੋਡ ਤੋਂ ਆ ਰਿਹਾ ਸੀ ਆਪਣੇ ਘਰ ਵੱਲ ਨੂੰ ਪੁਰਾਣੇ ਸ਼ਹਿਰ ਕੋਟਕਪੁਰਾ ਅਤੇ ਪੁਲ ਦੇ ਥੱਲੇ ਜਿੱਥੇ ਸਪੀਡ ਬ੍ਰੇਕਰ ਜੇ ਆਉਂਦੇ ਏਅਰਲਾਈਨਸ ਪੰਪ ਤੋਂ ਅਗਲੇ ਉੱਥੇ ਸਪੀਡ ਬ੍ਰੇਕਰ ਤਾਂ ਆਪਣੀ ਦੋ ਸਪੀਡ ਬ੍ਰੇਕਰ ਆਉਂਦੇ ਆ ਇੱਕ ਮੋਗਾ ਰੋਡ ਤੋਂ ਪਹਿਲਾਂ ਵਾਲੇ ਪੰਪ ਦੇ ਸਾਹਮਣੇ ਇੱਕ ਬਾਅਦ ਚੋਂ ਆਪਣੀ ਗੱਡੀ ਮੱਲੀ ਮੱਲੀ ਸਲੋ ਹੋ ਹੀ ਜਾਂਦੀ ਹੈ ਉਹ ਗੱਡੀ ਸਲੋ ਹੋਈ ਸੀ ਤਾਂ ਇੱਕ ਵਾਰ ਇੱਕੇਦਮ ਬਾਈਕ ਅੱਗੇ ਆਇਆ ਸੀ ਗੱਡੀ ਦੇ ਆ ਕੇ ਅਤੇ ਦੋ ਬੰਦੇ ਸੀਗੇ ਦੋਨਾਂ ਕੋਲ ਰਿਵੋਲਵਰ ਸੀਗੇ ਉਸ ਟਾਈਮ 'ਤੇ ਰਿਵੋਲਵਰ ਲੱਗ ਰਹੇ ਸੀ ਹੁਣ ਪਤਾ ਲੱਗਿਆ ਵੀ ਇੱਕ ਹੋਰ ਸੀਗਾ 15 ਹੋਰ ਸੀਗਾ ਸ਼ਾਇਦ ਅਤੇ ਬਸ ਉਹਨਾਂ ਨੇ ਇੱਕ ਨੇ ਫਰੰਟ ਵਾਲੀ ਸਾਈਡ ਤੋਂ ਮਤਲਬ ਤਾਂਤਾ ਅਤੇ ਇੱਕ ਨੇ ਡਰਾਈਵਰ ਵਾਲੀ ਸਾਈਡ ਤੋਂ ਫਿਰ ਉਹ ਮੇਰੇ ਨਾਲ ਮੇਰੀ ਬੇਟੀ ਸੀ ਅਤੇ ਵਾਈਫ ਸੀਗੇ ਛੋਟੇ ਅਤੇ ਫਿਰ ਬਾਹਰ ਤਾਂ ਨਿਕਲਣੇ ਸੀਗੇ ਜੀ ਗੱਡੀ ਬੈਕ ਕਰਨ ਦੀ ਟਰਾਈ ਕਰੀ ਸੀ ਪਰ ਫਿਰ ਉਹਨਾਂ ਸ਼ੀਸ਼ਾ ਠੋਕਣ ਲੱਗ ਗਏ ਸੀ ਆਪਣੇ ਪਿਸਟਲ ਦੇ ਥੱਲੇ ਵਾਲੀ ਹਿੱਸੇ ਨਾਲ ਅਤੇ ਬਸ ਫਿਰ ਉਹ ਗੱਡੀ ਰੋਕੀ ਹੈ ਜੀ ਅਤੇ ਮੈਂ ਤਾਂ ਫਿਰ ਉੱਥੇ ਇੱਕੋ ਹੀ ਗੱਲ ਕਹੀ ਸੀ ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ ਸਾਨੂੰ ਛੱਡ ਦਿਓ ਮੇਰੇ ਨਾਲ ਜਵਾਕ ਛੋਟਾ ਹੈ ਅਤੇ ਤੁਸੀਂ ਗੱਡੀ ਲਈ ਜਾਣੀ ਹੈ ਲੈ ਜਾਓ ਅਤੇ ਜਾਂ ਸਮਾਨ ਲੈ ਕੇ ਜਾਣਾ ਅਤੇ ਉਹਨਾਂ ਨੇ ਫਿਰ ਬਸ ਗੱਡੀ ਖਿੱਚੀ ਉਦੋਂ ਅਤੇ ਅੱਗੇ ਮੂਹਰੇ ਬਾਈਕ ਸੀਗਾ ਇੱਕ ਮੁੰਡਾ ਅਤੇ ਇੱਕ ਮੁੰਡੇ ਨੇ ਜਿਹੜੇ ਤਾਂ ਮੇਰੇ ਇੱਥੇ ਤੰਨੀ ਸੀ ਰਿਵੋਲਵਰ ਉਹ ਬਾਈਕ ਆਪਣੇ ਉਹ ਗੱਡੀ 'ਚ ਬਹਿ ਗਿਆ ਅਤੇ ਇਹਨਾਂ ਨੇ ਸ਼ਹਿਰ ਵੱਲੋਂ ਗੱਡੀ ਖਿੱਚੀ ਸੀ ਫਿਰ ਸ਼ਹਿਰ ਵੱਲੋਂ ਹੀ ਵਾਪਸ ਆ ਗਏ ਇਹ ਸ਼ਹਿਰ ਵੱਲੋਂ ਹੀ ਗਈ ਸੀ ਵਾਪਸ ਜੀ ਤੁਸੀਂ ਕਰੇ ਕਿਵੇਂ ਮੈਂ ਜੀ ਫਿਰ ਉੱਥੇ ਇੱਕ ਆਪਣੇ ਦੋਸਤ ਨੂੰ ਫੋਨ ਕਰਿਆ ਸੀਗਾ ਅਤੇ ਉਹ ਫਿਰ ਮੈਨੂੰ ਉੱਥੇ ਗੱਡੀ 'ਤੇ ਬਾਈਕ ਕਾਰ ਲੈਣ ਆਇਆ ਅਤੇ ਮੈਂ ਫਿਰ ਆਪਣੀ ਮਿਸਿਸ 'ਤੇ ਆਪਣਾ ਬੇਟੀ ਨੂੰ ਘਰ ਛੱਡ ਕੇ ਮੈਂ ਨਾਲ ਦੀ ਨਾਲ ਹੀ 15 ਮਿੰਟ ਦੇ ਵਿੱਚ ਵਿੱਚ ਥਾਣੇ ਆ ਗਿਆ ਸੀਗਾ ਬੱਚਿਆਂ ਨਾਲ ਤੁਸੀਂ ਕਿੱਥੇ ਜਾ ਰਹੇ ਸੀ ਮੈਂ ਜੀ ਘਰ ਵਾਪਸ ਆ ਰਿਹਾ ਸੀਗਾ ਜੀ ਮੋਗਾ ਰੋਡ ਤੋਂ ਪੁਲਿਸ ਦੀ ਹੁਣ ਕਾਰਵਾਈ ਤੋਂ ਸੰਤੁਸ਼ਟ ਹੋ ਗਏ ਪੂਰੀ ਜੀ ਪੂਰੀ ਮੈਂ ਕਿਹਾ ਜੀ ਵੀ ਉਦੋਂ ਅਸੀਂ 12:26 ਮਿੰਟ 'ਤੇ ਆਏ ਸੀਗੇ ਅਤੇ ਵਿਦਿਨ 15 ਜਾਂ 20 ਮਿੰਟ ਲਾਏ ਹੋਣਗੇ ਆਪਣੇ SHO ਸਾਹਿਬ ਜਾਂ ਫਿਰ ਬਾਕੀ ਕਰਮਚਾਰੀ ਸੀਗੇ ਅਤੇ ਵੀ ਗੱਡੀ ਫਿਰ ਉਸ ਤੋਂ ਅਗਲੇ ਦਿਨ ਅਸੀਂ ਬਾਈ ਕੈਮਰੇ ਟੂ ਕੈਮਰਾ ਕੈਮਰਾ ਟੂ ਕੈਮਰਾ ਆਪਣੇ ਸੁਖਵਿੰਦਰ ਜੀ ਮੇਰੇ ਨਾਲ ਸੀਗੇ ਲਵਲੀ ਜੀ ਅਤੇ ਆਪਣੇ ਦੂਜਾ ਆਪਣੇ ਇੱਕ ਹੋਰ ਹੈ ਗੁਰਪ੍ਰੀਤ ਜੀ ਅਤੇ ਬਾਈ ਕੈਮਰੇ ਟੂ ਕੈਮਰਾ ਅਸੀਂ ਮੋਗਾ ਰੋਡ ਤੋਂ ਸਟਾਰਟ ਹੋਏ ਸੀ ਗੱਡੀ ਕਿੱਧਰ ਕਿੱਧਰ ਨੂੰ ਜਾ ਰਹੀ ਹੈ ਅਤੇ ਉਹ ਫਿਰ ਹੌਲੀ ਹੌਲੀ ਪਤਾ ਲੱਗ ਗਿਆ ਇੱਕ ਗਲੀਆਂ ਗੁਲੀਆਂ 'ਚ ਕਾਫੀ ਸੀਗੇ ਤਾਂ ਕਰਕੇ ਥੋੜ੍ਹਾ ਟਾਈਮ ਲੱਗਿਆ ਪਰ ਪਤਾ ਲੱਗ ਗਿਆ ਜੀ ਹਾਂਜੀ ਠੀਕ ਹੈਲੋ 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 ਅਮਿਤ ਕੁਮਾਰ ਕੋਟਕਪੁਰੇ ਦਾ ਲੜਕਾ ਸਮੇਤ ਆਪਣੇ ਪਰਿਵਾਰ ਦੇ ਮੋਗਾ ਰੋਡ ਤੋਂ ਆ ਰਿਹਾ ਸੀਗਾ ਮੋਗਾ ਰੋਡ 'ਤੇ ਨੇੜੇ ਨੈਸ਼ਨਲ ਹਾਈਵੇ ਦੋ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ 'ਤੇ ਉਹਦੇ ਕੋਲੋਂ ਉਹਦੀ ਵਰਨਾ ਕਾਰ ਨੰਬਰੀ HR VW 5510 ਰੰਗ ਚਿੱਟਾ ਜਿਹੜੀ ਸੀ ਉਹ ਖੋਹ ਲਈ ਸੀਗੀ ਖੋਹ ਕੇ ਸਮੇਤ ਮੋਟਰਸਾਈਕਲ ਮੌਕੇ ਤੋਂ ਭੱਜ ਗਏ ਸੀਗੇ ਜਿਹਦੀ ਪੁਲਿਸ ਨੇ ਵੱਖ ਵੱਖ ਥਿਊਰੀਆਂ 'ਤੇ ਵੱਖ ਵੱਖ ਟੀਮਾਂ ਬਣਾ ਕੇ ਤਫਤੀਸ਼ ਕੀਤੀ ਤਫਤੀਸ਼ ਦੌਰਾਨ ਮੁਕੱਦਮਾ ਦੇ ਵਿੱਚ ਹਰਸਿਮਰਨਜੀਤ ਸਿੰਘ ਉਰਫ ਹਰਮਨ ਧੁਨਾ ਸਾਨਾ ਵਹਾਰ ਨਾਰਾਇਣ ਸਿੰਘ ਵਾਸੀ ਕੋਟਕਪੁਰਾ ਅਤੇ ਨਵਰਾਜ ਸਿੰਘ
ਨਵਰਾਜ ਸਿੰਘ ਉਰਫ ਬੌਬੀ ਪੁੱਤਰ ਜਸਵੰਤ ਸਿੰਘ ਵਾਸੀ ਹੀਰਾ ਸਿੰਘ ਨਗਰ ਕੋਟਕਪੂਰਾ ਜਿਹੜੇ ਆ ਉਹ ਦੋਨੇ ਨਾਮਜ਼ਦ ਹੋਏ। ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਈ ਹੋਈ ਵਰਨਾ ਕਾਰ ਜਿਹਦੀ ਉਹਨਾਂ ਨੇ ਲੁੱਕ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਉਹ ਬਰਾਮਦ ਕਰ ਲਈ ਗਈ ਆ ਅਤੇ ਦੋਸ਼ੀਆਂ ਕੋਲੋਂ ਦੋ ਨਜਾਇਜ਼ ਜਿਹੜੇ ਆ ਪਿਸਤੌਲ ਉਹ ਵੀ ਬਰਾਮਦ ਕੀਤੇ ਗਏ। ਸਰ ਕੀ ਕੁਛ ਪਤਾ ਲੱਗ ਸਕਦਾ ਕਿੰਨਾ ਕਾਰਨਾਂ ਨੂੰ ਲੈ ਕੇ ਇਹ ਖੋਲ੍ਹੀ ਗਈ ਸੀ? ਇਹ ਜਿਹੜਾ ਹਰਮਨ ਧੁੰਨਾ ਸੀਗਾ ਇਹਦੀ ਇੱਕ ਕਾਰ ਸੀਗੀ ਚੰਡੀਗੜ੍ਹ ਨੰਬਰ ਜਿਹਦਾ ਐਕਸੀਡੈਂਟ ਦਸੰਬਰ ਦੇ ਵਿੱਚ ਹੋ ਗਿਆ ਸੀ ਜੀਤ ਕੋਲ, ਉਹ ਕਾਰ ਇਹਨੇ ਰਿਪੇਅਰ ਵਾਸਤੇ ਗਿੱਦੜਵਾ ਮਿਸਤਰੀ ਕੋਲ ਰੱਖੀ ਸੀਗੀ। ਉਹਦਾ ਇਹਨੂੰ ਸਪੇਅਰ ਪਾਰਟਸ ਨਹੀਂ ਮਿਲ ਰਿਹਾ, ਉਹਦੇ ਸਪੇਅਰ ਪਾਰਟਸ ਨੂੰ ਲੈਣ ਵਾਸਤੇ ਇਹਨੇ ਜਿਹੜਾ ਸੀਗਾ ਇਹ ਗੱਡੀ ਖੋਹ ਕੀਤੀ ਹੈ। ਇਹਨਾਂ ਤੋਂ ਪਹਿਲਾਂ ਵੀ ਕੋਈ ਪ੍ਰੋਫਾਈਲ ਕੀ ਹੈ ਸਰ ਇਹਨਾਂ ਦੋਨਾਂ ਦਾ? ਜਿਹੜਾ ਹਰਮਨ ਹੈ ਇਹਨਾਂ 'ਤੇ ਫਿਲਹਾਲ ਕੋਈ ਮੁਕੱਦਮਾ ਜਿਹੜਾ ਹੈ ਮੁਤਾਬਕ ਥਾਣੇ ਦੇ ਰਿਕਾਰਡ ਤੋਂ ਦਰਜ ਰਜਿਸਟਰ ਨਹੀਂ ਹੋਣਾ ਪਿਆ। ਪ੍ਰੋਫਾਈਲ ਕੀ ਸਟੂਡੈਂਟ ਆ ਸਰ ਜੀ, ਕਿਸ ਤਰ੍ਹਾਂ ਦੇ? ਇਹ ਆਪਣੇ ਆਪ ਨੂੰ ਦੋਨੇ ਸਟੂਡੈਂਟ ਦੱਸਦੇ ਆ, ਜਿਹੜਾ ਹਰਮਨ ਹੈ ਮੈਰਿਡ ਹੈ, ਜਿਹੜਾ ਨਵਰਾਜ ਹੈ ਇਹ ਅਨਮੈਰਿਡ ਹੈ। ਸਰ ਦੇਖਿਆ ਗੱਡੀ ਦੇ ਪ੍ਰੈਸ ਵੀ ਲਿਖਿਆ ਹੋਇਆ, ਉਹਦੇ ਨਾਲ ਕੀ ਕਰਨਾ ਕਹਿੰਦਾ? ਇਹਨਾਂ ਨੇ ਗੱਡੀ ਦੀ ਲੁੱਕ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਗੱਡੀ ਦੀ ਜਿਹੜੀ ਛੱਤ ਸੀਗੀ ਉਹ ਵਾਈਟ ਦੀ ਜਗ੍ਹਾ ਇਹਨਾਂ ਨੇ ਟੇਪ ਕਰਾ ਕੇ ਬਲੈਕ ਕਰ ਲਈ, ਜਿਹੜੇ ਇਹਦੇ ਅਲਾਏ ਵੀਲ ਔਰ ਟਾਇਰ ਸੀ ਉਹ ਵੀ ਚੇਂਜ ਕਰ ਦਿੱਤੇ, ਪਲੱਸ ਇਹਦੀ ਗੱਡੀ ਦੀ ਇੱਕ ਲਾਈਟ ਜਿਹੜੀ ਸੀ ਉਹ ਟੁੱਟੀ ਸੀ ਉਹ ਲਾਈਟ ਵੀ ਰਿਪੇਅਰ ਕਰਕੇ ਅਤੇ ਇਹਨਾਂ ਨੇ ਨਵੀਂ ਪਵਾ ਲਈ। ਉਹਦੇ ਬਾਰੇ ਹਾਲੀ ਤਫਤੀਸ਼ ਜਾਰੀ ਆ, ਤਫਤੀਸ਼ ਦੇ ਵਿੱਚ ਜੇ ਕੋਈ ਹੋਰ ਗੱਲ ਸਾਹਮਣੇ ਆਈ ਤਾਂ ਉਹ ਆਪਣਾ ਜ਼ਰੂਰ ਸ਼ੇਅਰ ਕਰ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।